ਰਾਜ ਸਭਾ ਜੀ ਨਮਸਕਾਰ। ਜੈ ਜਿੰਦਰ ਜੀ, ਜੈ ਜਿੰਦਰ ਜੀ। ਮੈਂ ਆਜ ਆਇਆ ਰਾਜੇਸ਼ ਭਾਜੀ, ਆਪਕੋ ਪਤਾ ਕਿ 18-20 ਸਾਲ ਸੇ ਆਪਕਾ ਹਮਾਰਾ ਸੰਪਰਕ ਹੈ, ਵਿਆਪਾਰ ਸੇ ਵੀ। ਬਿਲਕੁਲ ਪੂਛਿਆ, ਵਿਆਪਾਰ ਸੇ ਵੀ ਔਰ ਜਨ ਸਭਾ ਸੇ ਵੀ, ਦੋਨੋਂ ਤਰ੍ਹਾਂ ਸੇ। ਔਰ ਆਪਨੇ ਪੂਰਾ ਵਿਆਪਾਰ ਮੇਂ ਵੀ ਸ਼ੋਕ ਕਰੇ ਔਰ ਸਮਾਜ ਮੇਂ ਵੀ ਸ਼ੋਕ ਕੀਆ। ਬਿਲਕੁਲ ਕਰਤੇ, ਆਪਣਾ ਤੋ ਸ਼ੋਕ ਕਰਤੇ ਹੀ ਹੋ, ਔਰੋਂ ਸੇ ਵੀ ਕਰਵਾਤੇ ਹੋ, ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਪਤਾ ਕਹਾਂ ਕਹਾਂ ਸੇ ਆਪਨੇ ਮੇਰੇ ਕੋ ਦਿਲਵਾਇਆ, ਸ਼ੋਕ ਕਰਵਾਇਆ। ਬਿਲਕੁਲ, ਅਭੀ ਡਾਇਰੈਕਟਿਵ ਆਸੂ ਰਾਏ ਕੇ ਸਾਥ ਜੋ ਸ਼ੁਰੂ ਕੀਆ ਨਿਆ ਬਜਾਰ ਵਿਆਪਾਰ ਖੇਤਰ ਕੀ, ਉਸਕੇ ਬਾਰੇ ਮੇਂ ਆਪਕਾ ਕਿਆ ਵਿਚਾਰ ਹੈ, ਉਸਕੇ ਬਾਰੇ ਮੇਂ ਆਪਕਾ ਸੰਦੇਸ਼ ਦੇਣਾ ਚਾਹਤੇ ਹੈ, ਆਪਣੇ ਬਾਰੇ ਮੇਂ, ਮੇਰੇ ਬਾਰੇ ਮੇਂ, ਵਿਆਪਾਰ ਕੇ ਬਾਰੇ ਮੇਂ, ਆਸੂ ਰਾਏ ਕੇ ਬਾਰੇ ਮੇਂ, ਉਸਕਾ ਆਪ ਜਰਾ ਸਾ ਆਪਣਾ ਵਿਚਾਰ ਦਿਆ। ਹਨੂੰਮਾਨ ਬੋਲਛਾ ਜੀ, ਜੋ ਕਿ ਨਏ ਬਜਾਰ ਮੇਂ 50 ਸਾਲ ਸੇ ਕਾਰਿਆ ਕਰਤੇ ਆ ਰਹੇ ਹੈ, ਨਿਆ ਬਜਾਰ ਔਰ ਜੈਨ ਸਮਾਜ ਕੇ ਬੱਚਾ ਬੱਚਾ ਇਨਕੋ ਨਾਮ ਸੇ ਪਰਿਚਿਤ ਹੈ। ਹਨੂੰਮਾਨ ਗੋਲਛਾ ਜੀ ਨੇ ਨਿਆ ਬਜਾਰ ਵਹ ਸਮਾਜ ਕੇ ਪਰਿਚਿਤ ਵਿਅਕਤੀਓ ਕੇ ਕਾਫੀ ਮਾਨ ਸਨਮਾਨ ਕਈ ਸੰਮੇਲਨੋ ਮੇਂ ਕੀਆ ਹੈ, ਇਸ ਲਈ ਇਨਕੀ ਪੂਰੀ ਪਹਿਚਾਨ ਹੈ। ਇਹਨਾਂ ਨੇ ਬਹੁਤ ਡਾਇਰੈਕਟਰੋਂ ਕਾ ਵਿਮੋਚਨ ਕੀਆ, ਕਰਵਾਇਆ ਹੈ ਔਰ ਕੀਆ ਵੀ ਹੈ ਔਰ ਕਰਤੇ ਵੀ ਰਹੇ ਹੈਂ। ਅਬ ਇਹ ਈ ਡਾਇਰੈਕਟਰੀ ਕਾ ਕਾਮ ਕਰਨਾ ਚਾਹ ਰਹੇ ਹੈ। ਆਸ਼ੂ ਜੀ ਜੋ ਕਿ ਨਏ ਬਜਾਰ ਸੇ ਪਰਿਚਿਤ ਹੈ, ਅਬ ਉਨਕੇ ਸਾਥ ਮਿਲਕਰ ਇਹ ਈ ਡਾਇਰੈਕਟਰੀ ਕਾ ਕਾਮ ਕਰਨੇ ਜਾ ਰਹੇ ਹੈ, ਕਿਉਂਕਿ ਅੱਜ ਕੱਲ੍ਹ ਜ਼ਮਾਨਾ ਈ ਡਾਇਰੈਕਟਰੀ ਕਾ ਹੈ। ਬਹੁਤ ਬੜੀਆ, ਜ਼ਮਾਨਾ ਈ ਡਾਇਰੈਕਟਰੀ ਕਾ ਹੈ। ਆਪਕਾ ਸਮਝ ਸੰਦੇਸ਼ ਅੱਛਾ ਜਾ ਰਿਹਾ ਹੈ ਸਮਾਜ ਕੇ ਪ੍ਰਤੀ, ਵਿਆਪਾਰ ਕੇ ਪ੍ਰਤੀ। ਬਹੁਤ ਬਹੁਤ ਧੰਨਵਾਦ ਰਾਜੇਸ਼ ਭਾਅ ਜੀ, ਆਗੇ ਬੋਲਵਾਦ। ਆਸ਼ੂ ਜੀ ਈ ਬਾਜ਼ਾਰ ਕੇ ਜਾਣੇ ਪਹਿਚਾਣੇ ਲੜਕੇ ਹੈ, ਬਿਲਕੁਲ ਠੀਕ ਹੈ, ਇਨਕਾ ਸਭ ਜਾਣਤੇ ਹੈ, ਬਿਲਕੁਲ। ਹਨੂੰਮਾਨ ਗੋਲਛਾ ਜੀ ਇਨਕੇ ਸਾਥ ਮਿਲ ਕੇ ਈ ਡਾਇਰੈਕਟਰੀ ਕਾ ਕਾਮ ਕਰਨੇ ਜਾ ਰਹੇ ਹੈ, ਜੋ ਕਿ ਬਹੁਤ ਅੱਛਾ ਸੰਦੇਸ਼ ਜਾਏਗਾ। ਹਨੂੰਮਾਨ ਜੀ ਨੇ ਪੂਰੇ ਸਮਾਜ, ਪੂਰੇ ਜੈਨ ਸਮਾਜ, ਪੂਰਾ ਨਿਆ ਬਾਜ਼ਾਰ ਕੋ 50 ਸਾਲੋਂ ਸੇ ਆਪਣੀ ਸੇਵਾਏ ਦੀ ਹੈ, ਜੋ ਕਿ ਇਸਕੇ ਸਹਿਰਾਨਿਆ ਹੈ। ਬਹੁਤ ਧੰਨਵਾਦ, ਹਮ ਇਸਕੋ ਇਨਕੋ ਸਮੇਂ ਸਮੇਂ ਪਰ ਪੂਰਾ ਆਪਣਾ ਸਹਿਯੋਗ ਵੇ ਸੁਝਾਵ ਦੇਤੇ ਰਹੇ ਹੈਂ। ਹਨੂੰਮਾਨ ਜੀ ਨੇ ਖੁਦ ਪੂਰੇ ਮੇਰੇ ਜਿਤਨੇ ਵੀ ਮੈਨੇ ਇਨਕੋ ਸਨਮਾਨ ਕੀਆ, ਇਹਨਾਂ ਮੇਰਾ ਮੈਂ ਉਸਕੇ ਲਈ ਧੰਨਵਾਦ ਕਰਤਾ ਹੂੰ। ਹਨੂੰਮਾਨ ਜੀ ਬਹੁਤ ਅੱਛੇ ਪਰਿਚਿਤ ਵਿਅਕਤੀ ਹੈ, ਇਹ ਮੇਰਾ ਪੂਰਾ ਜੋ ਵੀ ਸੁਝਾਵ ਦੇਤਾ ਹੂੰ ਉਨਕੋ ਸਮੇਂ ਸਮੇਂ ਪਰ ਸੁਣਤੇ ਔਰ ਲਾਗੂ ਵੀ ਕਰਤੇ ਹੈ। ਹਮ ਈ ਡਾਇਰੈਕਟਰੀ ਕੇ ਲਈ ਇਨਕੋ ਬਹੁਤ ਬਹੁਤ ਵਧਾਈ ਦੇਤੇ ਹੈਂ, ਦੋਨੋਂ ਕੋ ਬਹੁਤ ਇਸ ਕਾਰਯ ਮੇਂ ਆਗੇ ਸਫਲ ਹੋਏ। ਆਪਕਾ ਸਮਾਜ ਕੇ ਪ੍ਰਤੀ ਸੰਦੇਸ਼ ਬਹੁਤ ਅੱਛਾ ਜਾ ਰਹਾ ਹੈ, ਔਰ ਮੈਂ ਨਿਆ ਬਜ਼ਾਰ ਮੇਂ ਚਾਵਲ ਧਾਨ ਕਾ ਕਾਮ ਕਰਤਾ ਹੂੰ, ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਸੇ ਸਭੀ ਵਪਾਰੀਆਂ ਸੇ ਚਾਵਲ ਔਰ ਧਾਨ ਲੇਤੇ ਹੈਂ। ਬਹੁਤ ਅੱਛਾ, ਸੁਪਰ ਹੈ। ਔਰ ਇੰਪੋਰਟ ਐਕਸਪੋਰਟ ਕਾ ਚਾਵਲ ਕਾ ਕਾਮ ਵੀ ਕਰਿਆ ਕਰਤੇ ਹੈਂ। ਫਰਮ ਕਾ ਨਾਮ ਹੈ ਐਟ ਮੈਸਰਸ HLL ਫੂਡਸ, ਨਿਆ ਬਾਜ਼ਾਰ 2692 ਗਲੀ ਪੱਤੇ ਵਾਲੀ, ਇਸੀ ਫਰਮ ਸੇ ਕਾਮ ਹੋਤਾ ਹੈ, ਇਸੀ ਫਰਮ ਸੇ ਕਾਮ ਹੋਤਾ ਹੈ। ਔਰ ਮੀਲ ਕਾ ਹੈ? ਮੀਲ ਸਨਪੇੜਾ ਮੇ ਮੁਰਥਲ ਕੇ ਪਾਸ, ਮੁਰਥਲ ਕੇ ਪਾਸ ਡਿਸਟ੍ਰਿਕਟ ਸੋਨੀਪਤ। ਆਪਕੀ ਡਾਇਰੈਕਟਰੀ ਕਾ ਬਹੁਤ ਅੱਛਾ ਰਿਸਪੋਂਸ ਮਿਲੇ, ਆਗੇ ਕੀ ਆਗੇ ਆਪ ਬੜਤੇ ਰਹੇ। ਧੰਨਵਾਦ, ਧੰਨਵਾਦ।